ਅੱਜ ਆਪਣੇ ਬਲੌਗ ਦੀ ਸ਼ੁਰੂਆਤ ਕਿੱਥੇ ਚੱਲੇ ਆ ਦੱਸਦਾ ਨੀ ਹੈ। ਅੱਜ ਮੱਸਿਆ ਚੱਲੇ ਮੁੰਡੇ ਟਰਾਲੀ ਲੈ ਗਏ। ਅੱਜ ਆਪਣੇ ਬਲੌਗ ਦੀ ਸ਼ੁਰੂਆਤ ਗੁਰਦੁਆਰਾ ਸਾਹਿਬ ਤੋਂ ਹੋਈ ਤੇ ਲੋਸਮੈਂਟ ਤੇ ਕਰਾਈ ਨੀ ਯਾਰ, ਰਾਤ ਵਾਲੀ ਅੱਧਿਆਂ ਨੇ ਪੀਤੀ ਜੀ ਰਹਿ ਗਏ ਹੋਣੇ ਆ ਕਿ ਨਹੀਂ। ਅੱਜ ਦਰਿਆਓਂ ਪਾਰ ਚੱਲੇ, ਅੱਜ ਆ ਗਿਆ ਆਪਣੇ ਹੱਥ 'ਚ 4x4। ਮੌਸਮ ਵਧੀਆ ਅਤੇ ਰੋਟੀ ਪਾਣੀ ਲੱਦ ਲਿਆ। ਅੱਜ ਆਪਾਂ ਨੂੰ ਸਜੈਂਟਾ ਕੰਪਨੀ ਨੇ ਟਰਾਇਲ ਭੇਜਿਆ ਕੱਖ ਵਾਲੀ ਦਵਾਈ ਵਾਸਤੇ। ਉਹ ਕਹਿੰਦੇ ਭਾਅ ਜੀ ਇੱਕ ਕਰਕੇ ਚੈੱਕ ਵੇਖੋ ਕਿੰਨਾ ਕੁ ਕੱਖ ਕੁੱਖ ਮਾਰਦੀ ਘਾਹ ਘੂ ਰਾਜਸਟਾਰ, ਅੱਜ ਇਹਦਾ ਟਰਾਇਲ ਕਰਾਂਗੇ। 5 ਕਿੱਲਿਆਂ ਦਾ ਟਰਾਇਲ ਭੇਜਿਆ ਉਹਨਾਂ ਨੇ ਆਪਾਂ ਨੂੰ ਬਾਇਰ ਵਾਲਿਆਂ ਨੇ, ਹੁਣ ਵੇਹਨੇ ਆ ਕਰਕੇ। ਆਹ ਵੇਖ ਲਓ ਰੇਤਲੇ ਝੋਨਿਆਂ ਦਾ ਹਾਲ, ਐਰਕੀ ਸਾਡੇ ਮਹਾਂ ਪਾਲੀਆਂ ਪੂਲੀਆਂ ਬਣਨੀਆਂ। ਸਾਡਾ ਜਿਹੜਾ ਮਾਂਡਵਾ 10-10 ਸਾਲ ਪਿੱਛੇ ਪੈ ਗਿਆ ਪਿਛਲੇ ਹੜ੍ਹ ਦੇ ਨਾਲ। ਆਹ ਵੇਖੋ ਇਹ ਫਸਲਾਂ ਮੰਡ ਚ ਇੱਦਾਂ ਦੀਆਂ ਥੋੜ੍ਹਾ ਹੁੰਦੀਆਂ, ਰੇਤ ਇੰਨੀ ਪੈ ਗਈ ਕਿ ਮਹਾਂ ਪੈਲੀਆਂ ਜਿਹੜੀਆਂ ਤਿਆਰ ਕੀਤੀਆਂ। ਜੇ ਅਸੀਂ ਪੱਧਰ ਨਾ ਕਰਦੇ ਤਾਂ ਫਿਰ ਇੱਦਾਂ ਝੱਲ ਬਣ ਜਾਣਾ, ਕਿੰਨਾ ਚੰਦ ਬੱਜ ਗਿਆ। ਇੱਕ ਗੱਲ ਦੀ ਸਮਝ ਆਉਣੀ ਪੈ ਜਾ, ਝੋਨਾ ਤੁਰਨ ਨਹੀਂ ਰਿਹਾ ਜਾਂ ਬੂਟੇ ਦੇ ਕਿੜੇ ਕਿੜੇ ਹੋ ਗਏ। ਅਤੇ ਜੇ ਬੂਟਿਆਂ ਦੀ ਖੇਤੀ ਹੁੰਦੀ ਹੁੰਦੀ ਨਾ, ਜੇ ਆਪਾਂ ਉਹ ਵੇਚਣੇ ਹੁੰਦੇ ਝੋਨਾ ਥੱਲੇ ਵੜਦੇ ਜਾਣਾ। ਹਾਂ ਜਿਹਨਾਂ ਵੀਰਾਂ ਨੇ ਮਾੜੀ ਮੋਟੀ ਮਿਹਨਤ ਕੀਤੀ ਉਹਨਾਂ ਨੇ ਝੋਨੇ ਠੀਕ ਆ, ਬਾਕੀ ਅਜੇ ਪੈਲੀਆਂ ਤਿਆਰ ਹੋਣ ਡੀਆਂ। ਅੱਜ ਦਰਿਆ ਵੇਖੋ ਤੁਸੀਂ ਮੀਂਹ ਵਾਲੀ ਮਿੱਟੀ ਕਿੰਨੀ ਆਈ ਹਿਸਾਬ ਨਾਲ, 4-4 ਇੰਚ ਮਿੱਟੀ ਚੜ੍ਹ ਗਈ, ਬਹੁਤ ਜ਼ਿਆਦਾ ਖੁਰਕੇ ਸਮਾਨ ਆਇਆ ਹੈ। ਹੁਣ ਵੀਰ ਆਪਣਾ ਬੇੜੀ ਲੈ ਆ, ਟਰੈਕਟਰ ਲੈ ਆ, ਹੁਣ ਜਾਂਦੇ ਹਾਂ ਪਾਰ। ਵੇਖੋ ਕਿੰਨੀ ਮਿੱਟੀ ਇੱਥੋਂ ਤਾਂ ਹਿਸਾਬ ਨਾਲ ਪਾਣੀ ਚੜ੍ਹ ਗਿਆ। ਅੱਜ ਅਸੀਂ ਹੁਣ ਸਪਰੇ ਕਰਨ ਜਾਂਦੇ ਹਾਂ ਘਾਹ ਲਈ, ਕਿਉਂਕਿ ਅੱਜ ਸਾਨੂੰ ਕੰਪਨੀ ਨੇ ਟਰਾਇਲ ਲਾਉਣ ਲਈ ਆਖਿਆ ਇੱਕ ਬਾਇਰ ਕੰਪਨੀ ਦਾ। ਉਹ ਟਰਾਇਲ ਲਾ ਕੇ ਤੁਹਾਨੂੰ ਸਾਰਾ ਦੱਸਾਂਗੇ ਆਪਾਂ ਇਹਦੇ ਵਿੱਚ, ਭਾਵੇਂ ਆਪਾਂ ਨੂੰ ਕੰਪਨੀ ਨੇ ਟਰਾਇਲ ਦਿੱਤਾ ਪਰ ਤੁਹਾਨੂੰ ਸੱਚਾਈ ਦੱਸਾਂਗੇ ਜੋ ਮਰਜ਼ੀ, ਜੋ ਰਿਜ਼ਲਟ ਆ ਉਹ ਤੁਹਾਡੇ ਨਾਲ ਸਾਂਝਾ ਕਰਾਂਗੇ ਆਪਾਂ।
ਡੇਰੇ ਤੇ ਅੱਜ ਇੱਥੇ ਥੋੜਾ ਜਿਹਾ ਬਿਜੀ ਸ਼ਡਿਊਲ, ਨਾਲੇ ਕਾਕੂ ਕੱਢਣ ਵਾਲਾ ਹੈ ਸਾਡਾ, ਇੱਕ ਬੰਦਾ ਹੀ ਸਾਫ ਕਰਤਾ ਵਾ। ਹੁਣ ਅੱਜ ਆਪਾਂ ਨੂੰ ਬਾਇਰ ਕੰਪਨੀ ਵੱਲੋਂ ਟਰਾਇਲ ਆਇਆ ਵਾ, ਉਹ ਕੱਢ ਕੇ ਆ। ਸਾਡਾ ਮਾਣਾ ਬੜਾ ਗੁੱਸਾ ਕਰਦਾ, ਮੇਰੀ ਵੀਡੀਓ ਨਹੀਂ ਬਣਾਉਂਦੇ। ਪਰਾਂ ਨੂੰ ਵੱਢ ਦੇ, ਪਰਾਂ ਹਵਾ ਆਉਣ ਦੇ, ਬੈਂਚ ਤੇ ਨਾ ਚਾੜਦੀ, ਘੋੜੇ ਇਹਨੇ ਭੱਜ ਕੇ ਚੜ ਜਾਣਾ ਬੈਂਚ ਤੇ। ਲਿਆ ਚਾਹ, ਇੱਕ ਵਾਰ ਵੇਖੀਏ ਦਰਸ਼ਕਾਂ ਨੂੰ ਚਾਹ ਪਈਏ, ਨਾਲੇ ਆ ਜਾ ਮਾਮੇ ਨਾਲ ਬਣਾਈਏ। ਅੱਜ ਮਾਮਾ ਹੀ ਚਾੜਤਾ ਚੌਂਕੇ, ਆ ਹੀ ਚਾੜਿਆ ਅੱਜ ਮਾਮਾ ਨਵੇਂ ਚੌਂਕੇ, ਤੇ ਇਹਦੇ ਹੱਥ ਦੀ ਚਾਹ ਪੀਂਦੇ ਆ। ਮੰਡ ਦੀ ਚਾਹ ਦਾ ਤੇ ਰੋਟੀ ਦਾ ਵੱਖਰਾ ਹੀ ਨਜ਼ਾਰਾ ਵਾ, ਜਿੱਥੇ ਮਰਜ਼ੀ ਲੋਕ ਭੱਜ ਲੈਣ। ਅੱਜ ਤੁਹਾਨੂੰ ਮੈਂ ਕੇਰਲ ਵਾਲਾ ਬਲੌਗ ਵੀ ਪਾਇਆ, ਪਰ ਸਾਰੇ ਥਾਵਾਂ 'ਤੇ ਘੁੰਮ ਕੇ ਆਣ ਕੇ ਜਿੰਨਾ ਨਜ਼ਾਰਾ ਆ, ਜਿਹੜੀ ਡੇਰੇ ਦੀ ਛਾਂ ਦਾ ਅਤੇ ਡੇਰੇ ਵਾਲੀ ਚਾਹ ਦਾ ਅਤੇ ਆ ਮੰਡੀਰ ਦੇ ਨਾਲ ਆਨੰਦ ਲੈਣ ਦਾ ਇਹੋ ਸੁੱਖ ਸਾਰੀ ਉਮਰ ਜੋ, ਅਤੇ ਇਹ ਨਜ਼ਾਰਾ ਵੱਖਰਾ ਹੀ ਆ। ਇੱਥੇ ਰੱਖਦੇ ਮਾਮਾ ਚਾਹ, ਇਹ ਆ ਸਗੋਂ ਚਿੱਟੀ ਦੁੱਧ ਵਾਲੀ ਚਾਹ, ਇਹਦਾ ਨਜ਼ਾਰਾ ਵੱਖਰਾ ਹੀ ਆ ਯਾਰ। ਸਾਡਾ ਹਾਂ ਵੀ ਦੱਸੋ ਕਿਹੜਾ ਕਿਹੜਾ ਮਾਮੇ ਦੀ ਚਾਹ ਤੋਂ ਖੁਸ਼ ਵਾ, ਸਵੇਰ ਤੋਂ ਲਾਂਗੜੀ ਬਦਲਿਆ ਜਾਵੇ ਵੀ, ਸਾਰੇ ਖੁਸ਼ ਆ। ਚੱਲ ਕੱਲ੍ਹ ਤੋਂ ਬਦਲੀ ਕਰਤੀ, ਰੈਂਕ ਵੱਧ ਗਿਆ ਮਾਮੇ ਦਾ ਲਾਂਗੜੀ। ਬਸ ਰੱਖ ਦੂਗਾ ਯਾਰ, ਰੱਖ ਦੂਗਾ ਮਾਣਾ ਦਿਖਣ ਡਿਆ ਕਰ ਯਾਰ ਮਾਣੇ ਦੀ। ਕਰ ਦੂ ਜਾ ਮਾਮਾ ਵੀ ਗੱਲ, ਇਹ ਮਾਮੇ ਦੀ ਗੱਲ ਹੁਣ ਅਸੀਂ ਛਗਲੀ ਚਾਹ ਦੇ ਵਿੱਚ ਕਰੂਲੀਆਂ ਕਰੀ ਗਏ ਵਾ। ਪੰਪ ਭਰ ਲੱਗੇ ਸੀ ਆਪਾਂ ਨੂੰ ਰਾਈ ਸਟਾਰ ਦੇ, ਇਹ ਦਵਾਈ ਘਾਹ ਤੋਂ ਕਰਨ ਲੱਗੇ ਹਾਂ। ਹੁਣ ਇਹਦਾ ਰਿਜ਼ਲਟ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿੱਦਾਂ ਦਾ ਵਾ, ਜਿੱਦਾਂ ਜਿੱਦਾਂ ਹੋਊਗਾ ਤੁਹਾਨੂੰ ਸਾਰਾ ਦੱਸਾਂਗੇ। ਮੋਟਰ 'ਤੇ ਆ ਗਈਆਂ ਰੋਟੀਆਂ, ਦੁਪਹਿਰ ਵੇਲੇ ਦਾ ਟਾਈਮ ਹੋ ਗਿਆ।
ਰੋਟੀ ਖਾਂਦੇ ਦੁਪਹਿਰ ਵੇਲੇ। ਪੂਰਾ ਪੂਰਾ ਲੰਘਦਾ ਤੇ ਜੇ ਆਪਾਂ 4 ਇੰਚ ਚੌੜਾ ਲੈਣੇ ਨੇ ਤੇ ਆਪਾਂ ਪੱਤਿਆਂ ਦੇ ਵਿੱਚ ਜਾਣਾ ਪਿਆ ਕਰਨਾ। ਦਵਾਈ ਵਾਧੂ ਜਿੰਨੀ ਆ ਪਿੰਡ ਕੰਮ ਆਜੂਗੀ ਉਹ ਲੱਦ ਦੇ। ਲੋਹਾ ਜਿੰਕ ਥੋੜ੍ਹਾ ਇਹ ਤਾਂ ਕੋਈ ਨਹੀਂ ਘੱਲਦੇ ਵੀ ਕੀ ਅੱਜ ਆਪਣਾ ਸਪਰੇਅ ਦਾ ਜਿਹੜਾ ਸੀ ਵੱਡੇ ਬੂਮ ਵਾਲਾ ਹੋ ਗਿਆ ਕੰਮ ਸਮਾਪਤ ਅਤੇ ਹੁਣ ਇਹਨੂੰ ਪਿੰਡ ਲੰਘਾਉਣ ਲੱਗੇ ਹਾਂ। ਬੱਦਲਵਾਈ ਜੀ ਫੇਰ ਬਣੀ ਆ ਆਪਾਂ ਲਾਇਆ ਸੇਮ ਦਾ ਪਾਣੀ ਕੱਢਣ ਨੂੰ ਨਾ ਆਪਣੀ ਪੈਲੀ ਦੇ ਵਿੱਚ ਜਦੋਂ ਦਰਿਆ ਥੋੜ੍ਹਾ ਜਿਹਾ ਉੱਚਾ ਹੋ ਜਾਂਦਾ ਵਾ ਤਾਂ ਥੋੜ੍ਹੀ ਥੋੜ੍ਹੀ ਸੇਮ ਹੋ ਜਾਂਦੀ ਆ। ਸੇਮ ਦਾ ਪਾਣੀ ਕੱਢਣ ਲਈ ਆਹ ਟਰੈਕਟਰ ਲਾਇਆ ਵੇਖੋ ਇਹ ਘੰਟੇ ਦਾ 2 ਲੀਟਰ ਤੇਲ ਖਾਂਦਾ ਵਾ 595 ਮਹਿੰਦਰਾ ਟਰੈਕਟਰ ਦੀਆਂ ਕਿਆ ਬਾਤਾਂ ਯਾਰ ਮੰਨ ਗਏ ਆ ਅਤੇ ਵੇਖੋ ਪਾਣੀ 8 ਦਾ ਪੈਪ ਆ ਹਿਸਾਬ ਲਾ ਲਓ ਅਤੇ ਆਹ ਅਸੀਂ ਪੱਖੇ ਬਣਵਾਏ ਕਿਹੜੇ ਕਿਹੜੇ ਤਕੜੇ ਪੱਖੇ ਆ ਇਹ ਪੱਕਾ ਲੱਗਾ ਵਾ 2 ਲੀਟਰ ਘੰਟੇ ਦਾ ਤੇਲ ਖਾਂਦਾ ਵਾ 3 ਬੈਲਟਾਂ ਇਹਨੂੰ ਅਤੇ ਇੱਦਾਂ ਵਿੱਚ ਸੁੰਡਾ ਲੱਗਾ ਵਾ ਥੱਲੇ ਇਹ ਜਿੰਨਾ ਸੇਮ ਦਾ ਪਾਣੀ ਸਾਰਾ ਖਿੱਚ ਖਿੱਚ ਕੇ ਬਾਹਰ ਕੱਢੀ ਜਾਂਦਾ ਦੇਖੋ ਨਜ਼ਾਰਾ ਹੀ ਆ ਜਾਂਦਾ ਯਾਰ ਇਹ 70,000 ਦਾ ਆਇਆ ਸੀ ਪੱਖਾ ਅਤੇ ਮਹਿੰਦਰਾ 595 ਟਰਬੋ 2 ਲੀਟਰ ਘੰਟੇ ਦਾ ਤੇਲ ਹਿਸਾਬ ਲਾ ਲਓ ਲਿਸਟਨ ਇੰਜਣ ਨੂੰ ਵੀ ਸਸਤਾ ਪੈਂਦਾ ਏ ਅਤੇ ਪਾਣੀ ਕਈ ਮੋਟਰਾਂ ਦਾ ਬਹੁਤ ਵਧੀਆ ਚੀਜ਼ ਆ। ਹੁਣ ਇਹ 'ਚ ਡੀਜ਼ਲ ਪਾਉਣ ਵਾਲੇ ਆ ਡੀਜ਼ਲ ਪਾਉਣ ਆਏ ਆ ਨਾਲੇ ਦਾ ਥੋੜ੍ਹਾ ਜਿਹਾ ਸੁੱਚ ਖਰਾਬ ਹੀ ਅਤੇ ਸੁੱਚ ਪਾ ਦਿੰਦੇ ਇਹਨੂੰ
ਹੁਣ ਲੱਦ ਕੇ ਅਸੀਂ ਟਰੈਕਟਰ ਪਰਲੇ ਪਾਰ ਲੈ ਜਾਣਾ, ਉੱਥੋਂ ਫਿਰ ਇਹ ਪਿੰਡ ਸਪਰੇ ਕਰਨ ਵਾਲੀ ਥੋੜ੍ਹੀ ਜਿਹੀ, ਨਾਲੇ ਖਾਦ ਪੈਣ ਵਾਲੀ ਪਾ ਕੇ ਫਿਰ ਇਹਨੂੰ ਲੈ ਕੇ ਆਵਾਂਗੇ। ਹੁਣ ਤੁਹਾਨੂੰ ਦਿਖਾਉਣੇ ਅੱਗੇ ਇੱਕ ਰੱਸਾ ਸੀ, ਹੁਣ ਦੋ ਰੱਸੇ ਪਾਉਣੇ। ਬੇੜੀ ਰਹਿਣ ਦਾ, ਬੇੜੀ ਨਾਲ ਹੀ ਲੈ ਜਾਣੀ ਆਪਾਂ, ਬੇੜੀ ਨਾਲ ਸਿਰੇ ਆ ਜਾਵਾਂਗੇ ਉੱਧਰਲੇ ਪਾਰੋਂ। ਹੁਣ ਆ ਦੋ ਰੱਸੇ ਪਾ ਲੈਣੇ ਇੱਦਾਂ, ਇੱਕ ਥੋੜ੍ਹਾ ਜਿਹਾ ਗਾਰਡ ਦਾ ਜਿਹੜਾ ਟੈਟ ਕਰ ਲੈਣਾ, ਜਿਹੜਾ ਮਗਰਲਾ ਰੱਸਾ ਲੰਮਾ ਛੱਡ ਲੈਣਾ। ਬਸ ਬਸ ਨਾ ਟੈਟ ਕਰ, ਲਾਗੇ ਜਾ ਕਰ ਲਾਂਗੇ, ਇਹ ਕਿਹੜਾ ਏਡਾ ਭਾਰ ਹੁਣ। ਖੜਾ ਜਾਣ ਦੇ, ਥੋੜੀ ਕੱਸ ਪਾਲਾ ਬਸ ਆ ਨਹੀਂ ਚੰਗਾ, ਸਗੋਂ ਪੱਧਰ ਤੁਰਿਆ ਜਾਊਗਾ ਸਾਜਨ, ਮਾੜਾ ਕੱਸਲਾ ਜ਼ਿਆਦਾ ਢਿੱਲਾ ਵਾ। ਉਹ ਨਹੀਂ ਚਾਹੀਦਾ ਇੰਨਾ ਫਰਕ, ਐ ਟੇਢਾ ਹੋਊ ਜਿੰਨਾ ਉਨਾ ਭੱਜ ਕੇ ਜਾਊਗਾ। ਕਸਲਾ ਕਸਲਾ ਬਸ ਇੱਥੇ ਰਹਿਣ ਦੇ, ਤੁਰਿਆ ਜਾਂਦੇ ਇੱਦਾਂ ਦੋ ਫਿਰਕੀਆਂ ਜਿਹੜੀਆਂ, ਫਿਰ ਐਹਰੋ ਟੇਢਾ ਜਿਹਾ ਆ ਕੇ ਬੇਟਾ ਤੁਰਿਆ ਜਾਂਦਾ, ਰੱਸੇ ਦੇ ਜ਼ੋਰ ਨਹੀਂ ਆਉਂਦਾ। ਹੋ ਗਿਆ ਜੀ।